ਸਿੱਖਾਂ ਨੂੰ ਪਾਤਸ਼ਾਹੀ ਦਾ ਦਾਵਾ ਮਿਲਿਆ ਆ, ਨਵਾਬੀ ਨਹੀਂ ਮਿਲੀ। ਕਿਸੇ ਹੋਰ ਦੇਸ਼ ਸਰਕਾਰ ਦੇ ਅਸੀਂ ਕੋਈ ਚੱਪਲ ਝੱਟ ਨਹੀਂ ਬਣਨਾ। ਸਿੱਖਾਂ ਦੇ ਮਨਾਂ ਦੇ ਵਿੱਚ ਪਾਤਸ਼ਾਹੀ ਤੇ ਖਾਲਸੇ ਰਾਜ ਦੀ ਜਿਹੜੀ ਭਾਵਨਾ ਆ, ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਪਾਈ ਆ। ਰਾਜ ਦੀਆਂ ਗੱਲਾਂ ਜਿਹੜੀਆਂ ਆ, ਉਹ ਕੁਰਬਾਨੀ ਤੋਂ ਸ਼ੁਰੂ ਹੁੰਦੀਆਂ ਆ। ਸਾਡੇ ਵੀਰ ਨੇ ਸਭ ਤੋਂ ਵੱਡੀ ਕੁਰਬਾਨੀ ਆਪਣੇ ਲਹੂ ਆਪਣੇ ਖੂਨ ਦੇ ਨਾਲ ਉਹ ਦਿੱਤੀ ਆ। ਖਾਲਿਸਤਾਨ ਦੀ ਰਾਜ ਦੀ ਗੱਲ ਜਿਹੜੀ ਆ, ਸਭ ਦੇ ਮਨਾਂ ਦੇ ਵਿੱਚ ਬਹਿ ਚੁੱਕੀ ਆ। ਇਹ ਹੁਣ ਅੱਜ ਬਣੇ ਜਾਂ ਕੱਲ੍ਹ ਬਣੇ, ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਆ। ਸਾਡਾ ਜਿਹੜਾ ਕੰਮ ਆ ਸੰਘਰਸ਼ ਕਰਨਾ, ਸਿੱਖਾਂ ਦੀ ਜਿੱਤ ਹਮੇਸ਼ਾ ਸੰਘਰਸ਼ ਦੇ ਵਿੱਚ ਹੀ ਹੋਈ ਆ। ਜਿੱਤਣ ਹਾਰ ਨਾਲ ਹੀ ਦੁਨਿਆਵੀ ਗੱਲ ਜਿਹੜੀ ਦੁਨਿਆਵੀ ਪੱਧਰ ਤੇ ਆ, ਉਹ ਬਾਅਦ ਦੀਆਂ ਗੱਲਾਂ ਨੇ। ਸਾਡੀ ਜਿੱਤ ਸ਼ਹੀਦੀ ਦੇ ਵਿੱਚ ਆ। ਗੁਰੂ ਅਰਜਨ ਪਾਤਸ਼ਾਹ ਹੋਵੇ, ਗੁਰੂ ਤੇਗ ਬਹਾਦਰ ਪਾਤਸ਼ਾਹ ਹੋਵੇ, ਸਾਹਿਬਜ਼ਾਦੇ ਹੋਣ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਸ਼ਹੀਦ, ਮੌਜੂਦਾ ਸੰਘਰਸ਼ ਦੇ ਵਿੱਚ ਭਾਈ ਫੌਜਾ ਸਿੰਘ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਲਗਾਤਾਰ ਭਾਈ ਦਿਲਾਵਰ ਸਿੰਘ ਤੱਕ ਤੇ ਲਗਾਤਾਰ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਤੱਕ, ਮੌਜੂਦਾ ਸਮੇਂ ਤੱਕ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੱਕ, ਇਹ ਪੰਥ ਨੇ ਇੱਕ ਦਾਵਾ ਪਾਤਸ਼ਾਹੀ ਦਾ ਆਪਣੇ ਦਿਲ 'ਚ ਵਸਾਇਆ ਆ। ਹੁਣ ਇਹ ਜਿਹੜੀ ਗੱਲ ਆ, ਇਹ ਮੁਕੰਮਲ ਸਿਰਫ ਤੇ ਸਿਰਫ ਖਾਲਿਸਤਾਨ ਤੇ ਹੋਣੀ ਆ। ਤੇ ਇਹ ਜਿਹੜੀ ਗੱਲ ਆ, ਜਿਹੜੇ ਸਾਡੇ ਵੈਰੀ ਆ, ਦੋਸਤ ਨੇ, ਜਰਵਾਣੇ ਨੇ, ਉਹ ਜੇ ਇਹ ਗੱਲ ਸੁਣਦੇ ਨੇ, ਉਹਨਾਂ ਕੰਨਾਂ ਤੱਕ ਇਹੀ ਗੱਲ ਪਹੁੰਚਣੀ ਚਾਹੀਦੀ ਆ ਕਿ ਹੁਣ ਸਾਡੇ ਜਿਉਂਦੇ ਜੀ ਸਾਨੂੰ ਕਾਜ ਮਿਲੇ ਜਾਂ ਨਾ ਮਿਲੇ, ਸਾਡਾ ਦੇਸ਼ ਬਣੇ ਜਾਂ ਨਾ ਬਣੇ, ਪਰ ਇੱਕ ਗੱਲ ਜ਼ਰੂਰ ਆ, ਇਹ ਪੰਥ ਦੀ ਨੌਜਵਾਨੀ, ਪੰਥ ਦੇ ਨੌਜਵਾਨ ਹਰ ਮੈਦਾਨ ਦੇ ਵਿੱਚ ਇਹ ਜ਼ਾਲਮ ਸਰਕਾਰ ਦੇ ਟਕਰਾਅ ਕਰਨਗੇ। ਖਾਲਸਾ ਉਹ ਆ, ਸਿਰਫ ਉਹ ਨਹੀਂ ਕਿ ਪਵਿੱਤਰ ਆ, ਖਾਲਸੇ ਸ਼ਬਦ ਦਾ ਇੱਕ ਇਹ ਵੀ ਮਤਲਬ ਆ, ਉਹ ਧਰਤੀ, ਉਹ ਸਥਾਨ ਜਿਹਦਾ ਸਿੱਧਾ ਨਾਤਾ ਹਾਕਮਰਾਨ ਦੇ ਨਾਲ ਆ, ਕੋਈ ਨਵਾਬੀ ਗੱਭੇ ਨਹੀਂ ਹੈਗੀ। ਸਿੱਖਾਂ ਨੂੰ ਪਾਤਸ਼ਾਹੀ ਦਾ ਦਾਵਾ ਮਿਲਿਆ ਆ, ਨਵਾਬੀ ਨਹੀਂ ਮਿਲੀ। ਕਿਸੇ ਹੋਰ ਦੇਸ਼ ਸਰਕਾਰ ਦੇ ਅਸੀਂ ਕੋਈ ਚੱਪਲ ਝੱਟ ਨਹੀਂ ਬਣਨਾ। ਸਿੱਖਾਂ ਦੇ ਮਨਾਂ ਦੇ ਵਿੱਚ ਪਾਤਸ਼ਾਹੀ ਤੇ ਖਾਲਸੇ ਰਾਜ ਦੀ ਜਿਹੜੀ ਭਾਵਨਾ ਆ, ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਪਾਈ ਆ। ਅਸੀਂ ਨਿੱਤ ਜੰਗ ਲੜਦੇ ਹਾਂ, ਖਾਲਸਾ ਸੋਏ ਨਿੱਤ ਜੰਗ ਲੜੈ। ਇਹ ਨਿੱਤ ਜੰਗ ਕਾਮ ਕਰੋੜ ਲੋਭ ਮੋਹ ਹੰਕਾਰ ਦੇ ਨਾਲ ਵੀ ਆ, ਇਹ ਨਿੱਤ ਜੰਗ ਜਰਵਾਣੀ ਦੀ ਪੱਖਿਆ ਵੀ ਆ, ਗਰੀਬ ਦੀ ਰੱਖਿਆ ਵੀ ਆ। ਸਿੱਖਾਂ ਦੇ ਲਈ ਇੱਕ ਬੈਲੈਂਸ ਇਹ ਬਣਦਾ ਆ। ਖਾਲਿਸਤਾਨ ਦੀ ਗੱਲ ਹੁੰਦੀ ਆ, ਪਿਛਲੇ ਸਾਲ ਭਾਈ ਹਰਦੀਪ ਸਿੰਘ ਜੀ ਨੇ ਇਸ ਇਕੱਠ ਦੇ ਵਿੱਚ ਆਪਣੀ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੀ ਟੀਮ ਦੇ ਨਾਲ ਹਜ਼ਾਰਾਂ ਦੇ ਝੰਡੇ ਇੱਥੇ ਖਾਲਿਸਤਾਨ ਦੇ ਲਿਆਂਦੇ। ਅੱਜ ਇਸ ਦੇਸ਼ ਤੇ ਖੜ ਕੇ ਉਹ ਗਿਣਤੀ ਲੱਗਦਾ ਆ ਹਜ਼ਾਰ ਹੋਰ ਵੱਧ ਗਈ ਆ, ਇਹ ਵੱਧਦੀ ਰਹਿਣੀ ਆ, ਇਹ ਗੁਰੂ ਸਾਹਿਬ ਦੀ ਕਿਰਪਾ ਆ। ਜਦੋਂ ਜਥੇਦਾਰ ਦਰਬਾਰਾ ਸਿੰਘ ਦੇ ਕੋਲ ਨਵਾਬੀ ਦੀ ਲੋੜ ਜਿਹੜੀ ਆ ਉਹ ਆਈ ਸੀਗੀ ਕਿ ਨਵਾਬੀ ਲੈ ਲਓ, ਜਥੇਦਾਰ ਦਰਬਾਰਾ ਸਿੰਘ ਨੇ ਕਿਹਾ ਸੀਗਾ, ਅਸੀਂ ਨਵਾਬੀ ਕਦ ਚਹਿ ਲਈ, ਹਮਕੋ ਬਚਨ ਸਤਿਗੁਰ ਪਾਤਸ਼ਾਹੀ। ਦਾਵਾ ਪਾਤਸ਼ਾਹੀ ਦਾ ਆ, ਨਵਾਬੀ ਦਾ ਨਹੀਂ। ਰਾਜ ਦੀਆਂ ਗੱਲਾਂ ਜਿਹੜੀਆਂ ਆ, ਉਹ ਕੁਰਬਾਨੀ ਤੋਂ ਸ਼ੁਰੂ ਹੁੰਦੀਆਂ ਆ। ਸਾਡੇ ਵੀਰ ਨੇ ਸਭ ਤੋਂ ਵੱਡੀ ਕੁਰਬਾਨੀ ਆਪਣੇ ਲਹੂ ਆਪਣੇ ਖੂਨ ਦੇ ਨਾਲ ਉਹ ਦਿੱਤੀ ਆ। ਉਸ ਪਵਿੱਤਰ ਖੂਨ ਨੇ ਪਿਛਲੇ 10 ਮਹੀਨਿਆਂ ਦੇ ਵਿੱਚ ਖਾਲਸਾ ਪੰਥ ਨੂੰ
ਕਿਸ ਤਰ੍ਹਾਂ ਦੇ ਰੰਗ ਲਿਆਏ ਆ ਤੁਹਾਡੇ ਸਾਹਮਣੇ ਆ, ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਵੋਟ ਪੈ ਰਹੀ ਆ, ਜਿੱਥੇ ਸਾਡੀ ਸੁਣਵਾਈ ਜਿਹੜੀ ਆ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਦੇਸ਼ਾਂ ਦੀ ਸਰਕਾਰਾਂ ਤੱਕ ਹੋ ਰਹੀ ਆ। ਪਰ ਉਸ ਸਭ ਗੱਲਾਂ ਤੋਂ ਵੱਡਾ ਜਿਹੜੀ ਇੱਕ ਵੱਡੀ ਗੱਲ ਆ, ਸਾਡੀ ਕੌਮ ਦੀ ਨੌਜਵਾਨੀ ਦੇ ਵਿੱਚ ਜਿਹੜੀ ਜਾਗਰੂਕਤਾ ਆਈ ਆ, ਜਿੰਨੀ ਕੌਮ ਦੀ ਨੌਜਵਾਨੀ ਕੈਨੇਡਾ ਦੀ ਧਰਤੀ ਤੋਂ ਲੈ ਕੇ ਪੰਜਾਬ ਤੱਕ, ਇੱਥੇ ਜਿੰਨੇ ਵੀ ਬੰਦੇ ਬੈਠੇ ਆ, ਜਿੰਨੀਆਂ ਵੀ ਸਿੰਘ ਸਿੰਘਣੀਆਂ ਨੇ, ਖਾਲਿਸਤਾਨ ਦੀ ਰਾਜ ਦੀ ਗੱਲ ਜਿਹੜੀ ਆ ਸਭ ਦੇ ਮਨਾਂ ਦੇ ਵਿੱਚ ਬਹਿ ਚੁੱਕੀ ਆ। ਇਹ ਹੁਣ ਅੱਜ ਬਣੇ ਜਾਂ ਕੱਲ੍ਹ ਬਣੇ, ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਆ। ਸਾਡਾ ਜਿਹੜਾ ਕੰਮ ਆ ਸੰਘਰਸ਼ ਕਰਨਾ, ਸਿੱਖਾਂ ਦੀ ਜਿੱਤ ਹਮੇਸ਼ਾ ਸੰਘਰਸ਼ ਦੇ ਵਿੱਚ ਹੀ ਹੋਈ ਆ। ਜਿੱਤਣ ਹਾਰ ਨਾਲ ਹੀ ਦੁਨਿਆਵੀ ਗੱਲ ਜਿਹੜੀ ਦੁਨਿਆਵੀ ਪੱਧਰ 'ਤੇ ਆ ਉਹ ਬਾਅਦ ਦੀਆਂ ਗੱਲਾਂ ਨੇ। ਸਾਡੀ ਜਿੱਤ ਸ਼ਹੀਦੀ ਦੇ ਵਿੱਚ ਆ। ਗੁਰੂ ਅਰਜਨ ਪਾਤਸ਼ਾਹ ਹੋਵੇ, ਗੁਰੂ ਤੇਗ ਬਹਾਦਰ ਪਾਤਸ਼ਾਹ ਹੋਵੇ, ਸਾਹਿਬਜ਼ਾਦੇ ਹੋਣ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਸ਼ਹੀਦ, ਮੌਜੂਦਾ ਸੰਘਰਸ਼ ਦੇ ਵਿੱਚ ਭਾਈ ਫੌਜਾ ਸਿੰਘ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਲਗਾਤਾਰ ਭਾਈ ਦਿਲਾਵਰ ਸਿੰਘ ਤੱਕ ਤੇ ਲਗਾਤਾਰ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਤੱਕ, ਮੌਜੂਦਾ ਸਮੇਂ ਤੱਕ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੱਕ, ਇਹ ਪੰਥ ਨੇ ਇੱਕ ਦਾਵਾ ਪਾਤਸ਼ਾਹੀ ਦਾ ਆਪਣੇ ਦਿਲ 'ਚ ਵਸਾਇਆ ਆ। ਹੁਣ ਇਹ ਜਿਹੜੀ ਗੱਲ ਆ ਇਹ ਮੁਕੰਮਲ ਸਿਰਫ ਤੇ ਸਿਰਫ ਖਾਲਿਸਤਾਨ 'ਤੇ ਹੋਣੀ ਆ। ਅਤੇ ਇਹ ਜਿਹੜੀ ਗੱਲ ਆ, ਜਿਹੜੇ ਸਾਡੇ ਵੈਰੀ ਆ, ਦੋਸਤ ਨੇ, ਜਰਵਾਣੇ ਨੇ, ਉਹ ਜੇ ਇਹ ਗੱਲ ਸੁਣਦੇ ਨੇ, ਉਹਨਾਂ ਕੰਨਾਂ ਤੱਕ ਇਹੀ ਗੱਲ ਪਹੁੰਚਣੀ ਚਾਹੀਦੀ ਆ ਕਿ ਹੁਣ ਸਾਡੇ ਜਿਉਂਦੇ ਜੀ ਸਾਨੂੰ ਰਾਜ ਮਿਲੇ ਜਾਂ ਨਾ ਮਿਲੇ, ਸਾਡਾ ਦੇਸ਼ ਬਣੇ ਜਾਂ ਨਾ ਬਣੇ, ਪਰ ਇੱਕ ਗੱਲ ਜ਼ਰੂਰ ਆ, ਇਹ ਪੰਥ ਦੀ ਨੌਜਵਾਨੀ, ਪੰਥ ਦੇ ਨੌਜਵਾਨ ਹਰ ਮੈਦਾਨ ਦੇ ਵਿੱਚ ਇਹ ਜ਼ਾਲਮ ਸਰਕਾਰ ਦੇ ਟਕਰਾਅ ਕਰਨਗੇ।